ਵਿਧਾਨ ਸਭਾ ਚੋਣਾਂ 2022 ਦਾ ਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਹੈ ਹਰ ਇੱਕ ਪਾਰਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਉਹ ਵਰਕਰ ਲੋਕਾਂ ਤਈ ਆਮ ਲੋਕਾਂ ਤਈ ਪਹੁੰਚ ਕਰ ਰਹੇ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਡੋਰ ਟੂ ਡੋਰ ਕੈਂਪੇਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸੇ ਤਹਿਤ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰੰਦਰਪਾਲ ਸਿੰਘ ਸੌਣਾ ਦੇ ਵੱਲੋਂ ਵੀ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਨਿਰੰਦਰਪਾਲ ਸੌਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਫਾਜ਼ਿਲਕਾ ਦੇ ਮੁੱਦੇ ਹੈਗੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਕੀ ਹਲੇ ਤੱਕ ਸੱਤਾ ਦੇ ਵਿੱਚ ਨਹੀਂ ਆ ਸਕੀ ਐਕਸਪੀਰੀਅੰਸ ਜਿਹੜਾ ਹੈ ਸੱਤਾ ਚਲਾਉਣ ਦਾ ਉਹਨਾਂ ਨੂੰ ਨਹੀਂ ਹੈਗਾ ਲੇਕਿਨ ਵਾਅਦੇ ਜਿਹੜੇ ਆ ਉਹ ਵੱਡੇ ਕੀਤੇ ਜਾ ਰਹੇ ਆ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਸੌਣਾ ਜੀ ਤੁਹਾਡਾ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਸਮਣਾ ਜੀ ਜਾਨਣਾ ਚਾਹਾਂਗੇ ਕਿਹੜੇ ਉਹ ਮੁੱਦੇ ਆ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਗੱਲ ਕੀਤੀ ਜਾਵੇ ਫਾਜ਼ਲ ਕਾ ਇੱਕ ਸਰਹੱਦੀ ਇਲਾਕਾ ਹੈ ਸਰਹੱਦੀ ਇਲਾਕਾ ਹੋਣ ਦੇ ਨਾਤੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਵੀ ਪਛੜਿਆ ਹੋਇਆ ਜੇਕਰ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਐਜੂਕੇਸ਼ਨ ਦੇ ਮਾਮਲੇ ਵਿੱਚ ਵੀ ਪਛੜਿਆ ਹੋਇਆ ਜਾਪਦਾ ਕੋਈ ਯੂਨੀਵਰਸਿਟੀ ਨਹੀਂ ਹੈਗੀ ਕੀ ਵਿਜ਼ਨ ਕੀ ਹੈ ਤੁਹਾਡਾ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਮੈਂ ਫਾਜ਼ਲ ਕਾ ਆਪਣੇ ਸ਼ਹਿਰ ਦੀ ਗੱਲ ਕਰ ਲਾਂ ਫਾਜ਼ਲ ਕਾ ਸਾਡਾ ਜ਼ਿਲ੍ਹਾ ਬਣ ਚੁੱਕਿਆ ਹੈ ਤਕਰੀਬਨ 11 ਸਾਲ ਤੋ ਜਿਆਦਾ ਦਾ ਸਮਾਂ ਹੋ ਚੁੱਕਿਆ ਹੈ ਫਾਜ਼ਲ ਕਾ ਸ਼ਹਿਰ ਦੇ ਵਿੱਚ ਸਾਡੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਤਾਂ ਹੈ ਪਰ ਇੱਥੇ ਇੱਕ ਵੀ ਡਾਕਟਰ ਨਹੀਂ ਹੈ ਇੱਥੇ ਕੋਈ ਵੱਡੀਆਂ ਮਸ਼ੀਨਾਂ ਨਹੀਂ ਕੋਈ ਛੋਟੀ ਜੀ ਚੋਟ ਲੱਗ ਜੇ ਕਿਸੇ ਨੂੰ ਇਹ ਛੋਟੀ ਜੀ ਬਿਮਾਰੀ ਹੋਵੇ ਤਾਂ ਉਹਨਾਂ ਨੂੰ ਫਰੀਦਕੋਟ ਲੁਧਿਆਣਾ ਜਾਂ ਚੰਡੀਗੜ੍ਹ ਵਰਗੇ ਵੱਡੇ ਹਸਪਤਾਲਾਂ ਦੇ ਵਿੱਚ ਰੈਫਰ ਕਰਨਾ ਪੈਂਦਾ ਹੈ ਜਿਦੇ ਨਾਲ ਕਈ ਲੋਕਾਂ ਨੇ ਆਪਣੀਆਂ ਸਮੇਂ ਤੇ ਇਲਾਜ ਨਾ ਮਿਲਣ ਕਰਨ ਜਾਨਾਂ ਵੀ ਗਵਾਈਆਂ ਨੇ ਸਾਡੀ ਪ੍ਰਾਇਓਰਟੀ ਇਹ ਰਹੂਗੀ ਜੋ ਫਾਜ਼ਿਲਕਾ ਦਾ ਸਿਵਲ ਹਸਪੀਟਲ ਹੈ ਇਹਨੂੰ ਖਾਲੀ ਬਿਲਡਿੰਗ ਤੋਂ ਬਦਲ ਕੇ ਰੈਫਰ ਹਸਪੀਟਲ ਦਾ ਨਾਮ ਲੋਕਾਂ ਨੇ ਸਾਡੇ ਹਸਪੀਟਲ ਦਾ ਰੱਖਿਆ ਹੋਇਆ ਹੈ ਰੈਫਰ ਹਸਪੀਟਲ ਦਾ ਨਾਮ ਮੈਂ ਤੁਹਾਨੂੰ ਥੋੜੇ ਰੁਕਾਂਗਾ ਪਰ ਹੁਣ ਹਸਪੀਟਲ ਦੀ ਬਿਲਡਿੰਗ ਤਾਂ ਨਵੀਂ ਬਣ ਗਈ ਮੁੱਖ ਮੰਤਰੀ ਸਾਹਿਬ ਚਰਨਜੀਤ ਚੰਨੀ ਕੋਰੇ ਨੇ ਖੁਦ ਜਿਹੜਾ ਉਹਦਾ ਉਦਘਾਟਨ ਕੀਤਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਓਨਲੀ ਬਿਲਡਿੰਗ ਹੈ ਜੀ ਉੱਥੇ ਕੋਈ ਡਾਕਟਰ ਨਹੀਂ ਨੇ ਨਾ ਤਾਂ ਉੱਥੇ ਕੋਈ ਸਪੈਸ਼ਲਿਸਟ ਕੋਈ ਕਿਸੇ ਬਿਮਾਰੀ ਲਈ ਕੋਈ ਡਾਕਟਰ ਹੈ ਨਾ ਕੋਈ ਵੱਡੀਆਂ ਮਸ਼ੀਨਾਂ ਨੇ ਉੱਥੇ ਜੋ ਫਰੀਦਕੋਟ ਵਰਗੇ ਪੀਜੀਆਈ ਵਰਗੇ ਹਸਪਤਾਲਾਂ ਦੇ ਵਿੱਚ ਨੇ ਜੇ ਆਪਾਂ ਲੋਕਲ ਲੀਬਰਲ ਤੇ ਗੱਲ ਕਰੀਏ ਹੁਣ ਹੰਸਰਾ ਜੋਸਨ ਜਿਹੜੇ ਕਾਂਗਰਸ ਵਿੱਚ ਸੀ ਪਹਿਲਾਂ ਜੰਗਲਾਤ ਮੰਤਰੀ ਰਹਿ ਚੁੱਕੇ ਆ ਉਹ ਤੁਹਾਡੇ ਆਪੋਜ਼ਿਟ ਚੋਣ ਲੜ ਰਹੇ ਸ਼੍ਰੋਮ ਨਿਕਾਲੀ ਦਲ ਦੇ ਵੱਲੋਂ ਉਹ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਹਮਣੇ ਦੀ ਜਿੰਨੀ ਉਮਰ ਆ ਉਹਨਾਂ ਤਾਂ ਉਹ ਕਹਿੰਦੇ ਮੇਰਾ ਪੋਲੀਟਿਕਲ ਐਕਸਪੀਰੀਅੰਸ ਹੈਗਾ ਕਿਸ ਤਰ੍ਹਾਂ ਨਾਲ ਮੰਨਦੇ ਹੋ ਇੱਕ ਪੋਲੀਟਿਕਸ ਦਾ ਮੰਝਿਆ ਹੋਇਆ ਖਿਡਾਰੀ ਹੈ ਹੰਸਰਾ ਜੋਸਨ ਹੰਸਰਾ ਜੋਸਨ ਜੀ ਮੈਂ ਸਮਝਦਾ ਪਹਿਲਾ ਤੋਂ ਉਹਨਾਂ ਨੂੰ ਉਹਨਾਂ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਨੇ ਨਿਕਾਰਿਆ ਉਹਨਾਂ ਨੂੰ ਮੰਤਰੀ ਰਹੇ ਨੇ 2007 ਦੇ ਵਿੱਚ ਜਦੋਂ ਚੋਣਾਂ ਹੋਈਆਂ ਸਭ ਨਾਲੋਂ ਵੱਡੀ ਲੀਡ ਨਾਲ ਜੇ ਪੰਜਾਬ ਦੇ ਵਿੱਚੋਂ ਜੋ ਹਾਰੇ ਸੀ ਤਾਂ ਉਹ ਹੰਸਰਾ ਜੋਸਨ ਜੀ ਸੀਗੇ ਉਹਨਾਂ ਨੇ ਮੰਤਰੀ ਰਹਿੰਦੇ ਹੋਏ ਕਿੰਨੇ ਕੁਟਾਲੇ ਕੀਤੇ वन ਮੰਤਰੀ ਰਹੇ ਨੇ वन ਮੰਤਰੀ ਹੁੰਦੇ ਹੋਏ ਉਹਨਾਂ ਨੇ ਕੋਈ ਦਰਖਤ ਲਗਾਏ ਘਟ ਹੋਣਗੇ ਪਰ ਪਟ ਪਟ ਕੇ ਵਿੱਚੇ ਜ਼ਿਆਦਾ ਹੋਣਗੇ ਲੋਕਤਾਏ ਵੀ ਕਹਿੰਦੇ ਆ ਕਿ ਸਮਰਬੀਰ ਦੀ ਨਾਰਾਜ਼ਗੀ ਜਿਹੜੀ ਹੈਗੀ ਹੈ ਉਹਦਾ ਇੱਕ ਬਹੁਤ ਵੱਡਾ ਨੁਕਸਾਨ ਹੋਏਗਾ ਆਮ ਆਦਮੀ ਪਾਰਟੀ ਨੂੰ ਤੁਸੀਂ ਇਹਦੇ ਵਿੱਚ ਕਿੰਨਾ ਕੋ ਸੱਚ ਸਮਝਦੇ ਵੇਖੋ ਜੀ 90% ਲੋਕ ਜੋ ਆਮ ਆਦਮੀ ਪਾਰਟੀ ਦੇ ਨੇ ਉਹ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਕੁਝ ਹੈ ਉਹ ਵੀ ਸਾਡੀ ਸਾਰਿਆਂ ਨਾਲ ਗੱਲਬਾਤ ਹੋ ਚੁੱਕੀ ਹੈ ਉਹ ਵੀ ਸਾਡੇ ਨਾਲ ਔਨ ਨੂੰ ਸਾਰੇ ਤਿਆਰ ਨੇ ਦੋ ਚਾਰਾਂ ਦਿਨਾਂ ਚ 24 ਸਾਡੇ ਨਾਲ ਚੱਲ ਪੈਣਗੇ ਜਿੰਨੇ ਵੀ ਅਸੀਂ ਫਾਜ਼ਲ ਕਾ ਦੇ ਵਿੱਚ ਜਿੰਨੇ ਵੀ ਆਪਣੇ ਟਿਕਟ ਦੀ ਡਿਮਾਂਡ ਕਰ ਰਹੇ ਸੀ ਚਾਹੇ ਉਹ ਅਰुण ਵਦਵਾ ਜੀ ਸੀ ਪੂਜਾ ਲੁਥਰਾ ਜੀ ਸੀ ਹਰਜੀਤ ਸਿੰਘ ਸ਼ਾਹੀ ਜੀ ਸੀ ਮਾਸਟਰ ਸੁਨੀਲ ਜੀ ਸੀਗੇ ਐਂਡ ਗੁਰਦੀਪ ਸਿੰਘ ਜੀ ਸੀਗੇ ਉਹ ਪੰਜ ਜੋ ਦਾਵੇਦਾਰ ਸੀਗੇ ਟਿਕਟ ਦੇ ਉਹ ਸਾਰੇ ਮੇਰੇ ਨਾਲ ਚੱਲ ਰਹੇ ਨੇ ਸਾਰਿਆਂ ਦੀ ਇਹੀ ਸੀਗੀ ਕਿ ਅੱਜ ਲੋਕ ਪੰਜਾਬ ਦੇ ਵਿੱਚ ਬਦਲਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਨੇ ਸਾਰਿਆਂ ਦਾ ਇੱਕੋ ਹੀ ਮੋਟਿਵ ਸੀਗਾ ਕਿ ਅਸੀਂ ਕੋਈ ਟਿਕਟ ਦੇ ਭੁੱਖੇ ਨਹੀਂ ਕੋਈ ਸਾਨੂੰ ਕਿਸੇ ਨੂੰ ਵੀ ਟਿਕਟ ਦਾ ਲਾਲਚ ਨਹੀਂ ਕੋਈ ਵੀ ਵਿਧਾਇਕੀਆਂ ਦਾ ਲਾਲਚ ਨਹੀਂ ਅਸੀਂ ਸਿਰਫ ਲੋਕਾਂ ਦੀ ਜੋ ਆਵਾਜ਼ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਉਸ ਲੈਵਲ ਤੇ ਵੇਖ ਕੇ ਚੱਲ ਰਹੇ ਸੀ ਅਸੀਂ ਸਾਰੇ ਇੱਕ ਸੀ ਹੁਣ ਜਿੰਨੇ ਪੰਜ ਦੂਸਰੇ ਦਾਅਵੇਦਾਰ ਸੀਗੇ ਉਹ ਸਾਰੇ ਸਾਡੇ ਨਾਲ ਆ ਚੁੱਕੇ ਨੇ ਅਸੀਂ ਸਾਰੇ ਰਲ ਕੇ ਫਾਜ਼ਿਲਕਾ ਦੇ ਵਿੱਚ ਕੰਮ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਸਮਰਵੀਰ ਜੀ ਵੀ ਆ ਕੇ ਸੰਭਾਲਣਗੇ ਤੇ ਜੋ ਲੋਕਾਂ ਦੀ ਆਵਾਜ਼ ਆ ਉਹਨਾਂ ਦਾ ਉਹ ਵੀ ਸਤਿਕਾਰ ਕਰਨਗੇ ਆਰੋਪ ਤਾਂ ਆਮ ਆਦਮੀ ਪਾਰਟੀ ਤੇ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਹੁਣ ਆਮ ਨਹੀਂ ਰਹੀ ਜਿਹੜੇ ਫਾਊਂਡਰ ਮੈਂਬਰ ਸੀਗੇ ਉਹਨਾਂ ਨੂੰ ਇੱਕ ਦਰਕਨਾਰ ਕਰਕੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਸੀ ਚਾਹੇ ਉਹ ਜਲਾਲਾਬਾਦ ਤੋਂ ਗੋਲਡੀ ਕੰਪੋਜ਼ ਹੋਣ ਚਾਹੇ ਤੁਸੀਂ ਉਹ ਤੁਹਾਡੇ ਤੇ આરોਪ ਲੱਗਦੇ ਆ ਕਿ ਆਮ ਆਦਮੀ ਪਾਰਟੀ ਹੁਣ ਆਮ ਨਹੀਂ ਰਹੀ ਵੇਖੋ ਮੈਂ ਤਾਂ ਇੱਕ ਆਮ ਪਰਿਵਾਰ ਦਾ ਬੱਚਾ ਜੀ ਨਾ ਤਾਂ ਕੋਈ ਮੇਰੀਆਂ ਫੈਕਟਰੀਆਂ ਨੇ ਤੇ ਨਾ ਕੋਈ ਇੰਡਸਟਰੀਆਂ ਨੇ ਨਾ ਤਾਂ ਮੈਂ ਕੋਈ ਵੱਡਾ ਲੈਂਡਲੋਰਡ ਆ ਨਾ ਕੋਈ ਮੇਰੇ ਵੱਡੇ ਕਾਰੋਬਾਰ ਚੱਲਦੇ ਲੋਕਾਂ ਦੀ ਆਵਾਜ਼ ਨਾਲ ਲੋਕਾਂ ਨੇ ਜੋ ਆਵਾਜ਼ ਜੋ ਸਰਵੇ ਹੋਇਆ ਤਿੰਨ ਤਿੰਨ ਵਾਰ ਸਰਵੇ ਹੋਏ ਪਾਰਟੀ ਦੇ ਜੋ ਲੋਕਾਂ ਨੇ ਆਵਾਜ਼ ਦਿੱਤੀ ਉਹ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਕੌਮੀ ਕਨਵੀਨਰ ਨੇ ਪਾਰਟੀ ਦੇ ਉਹਨਾਂ ਕੋਲ ਗਈ ਉਸ ਹਿਸਾਬ ਨਾਲ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਟਿਕਟਾਂ ਤੁਸੀਂ ਕਹ ਰਹੇ ਹੋ ਉਸ ਹਿਸਾਬ ਨਾਲ ਦਿੱਤੀਆਂ ਪਰ ਇੱਕ આરોਪ ਵੀ ਬੜਾ ਲੱਗਦਾ ਹੈ ਕਹਿੰਦੇ ਟਿਕਟਾਂ ਜਿਹੜੀਆਂ ਰਾਗੋ ਚੱਡਾ ਜੀ ਨੇ ਵੇਚੀਆਂ ਮੈਂ ਹੁਣ ਤੁਸੀਂ ਆ ਵੇਖੋ ਇੱਕ ਆਮ ਪਰਿਵਾਰ ਦਾ ਬੱਚਾ ਮੇਰੇ ਕੋਲ ਕੀ ਹੈ ਦੇਣ ਨੂੰ ਮੈਂ ਤਾਂ ਕੋਈ ਰੋਜ਼ਗਾਰ ਵੀ ਨਹੀਂ ਹੈ ਕੋਈ ਬੇਰੁਜ਼ਗਾਰ ਆ ਮੇਰੇ ਕੋਲ ਦਾ ਤੁਸੀਂ ਆਪ ਵੇਖੋ ਮੈਂ 100 ਰੁਪਏ ਨਹੀਂ ਕਿਸੇ ਨੂੰ ਦੇ ਸਕਦਾ ਮੇਰਾ ਜੋ ਇਲੈਕਸ਼ਨ ਦੀ ਕੈਂਪੇਨ ਹੈ ਮੇਰੇ ਸਾਰੇ ਸਾਥੀ ਜੋ ਮੇਰੇ ਨਾਲ ਚੱਲਦੇ ਨੇ ਸਾਡੀ ਟੀਮ ਵਿੱਚ ਜੋ ਪਹਿਲਾਂ ਵੀ ਲੋਕਾਂ ਦੀ ਸਮਾਜਿਕ ਕਮਾਈ ਸੇਵਾ ਕਰਦੇ ਉਹੀ ਸਾਰੇ ਮੇਰੇ ਇਲੈਕਸ਼ਨ ਦੀ ਕੈਂਪੇਨ ਚਲਾ ਰਹੇ ਨੇ ਤਕਰੀਬਨ 23 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਹਦੇ ਤੇ ਕੋਲ ਕੀਤੀ ਤੇ 93% ਲੋਕਾਂ ਨੇ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਚਾਹਿਆ ਕਿ ਪੰਜਾਬ ਦੇ ਵਿੱਚ ਉਹ ਸੀਐਮ ਦਾ ਚਿਹਰਾ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਨਹੀਂ ਰੋਕ ਸਕਦਾ ਉਸੇ ਹਿਸਾਬ ਨਾਲ ਵੇਖੋ ਇੱਕ ਲੋਕਤੰਤ੍ਰਿਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੀਐਮ ਦਾ ਚਿਹਰਾ ਲਾਣਿਆ ਤੇ ਇਹਦੇ ਵਿੱਚ ਤੁਸੀਂ ਆਪ ਦੇਖ ਲੋਗੇ ਉਸ ਚੀਜ਼ ਕੋਈ ਸ਼ੱਕ ਨਹੀਂ ਹੈਗਾ ਕਿ VOTING ਹੋਈ ਜਾਂ ਉਸ ਦੇ ਨਾਲ ਭਗਵੰਤ ਮਾਨ ਹੋਰਾਂ ਨੂੰ ਸੀਐਮ ਲਾਣੇਗਾ ਗੱਲ ਇਹ ਹੈਗੀ ਹੈ ਕਿ ਗੱਲ ਵਨ ਮੈਨ ਆਰਮੀ ਦੀ ਹੈ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵਨ ਮੈਨ ਆਰਮੀ ਹੈਗੇ ਆ ਔਰ ਪੰਜਾਬ ਦੇ ਵਿੱਚ ਜਿਹੜਾ ਬੇਸ਼ੱਕ ਦੀ ਭਗਵੰਤ ਮਾਨ ਹੋਰਾਂ ਨੂੰ ਐਲਾਨ ਦਿੱਤਾ ਹੈ ਸੀਐਮ ਦਾ ਚਿਹਰਾ ਪਰ ਜਲਦੀ ਜਿਹੜੀ ਉਹ ਰघव ਚੱਡਾ ਦੀ ਮੇਰਾ ਸਵਾਲ ਇਹ ਹੈ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ ਦੇਖੋ ਜੀ ਰघव ਚੱਡਾ ਜੀ ਸਾਡੇ ਬਹੁਤ ਸੀਨੀਅਰ ਲੀਡਰ ਨੇ ਭਗਵੰਤ ਮਾਨ ਜੀ ਪੰਜਾਬ ਦੇ ਸਾਡੇ ਦੇਸ਼ ਦੇ ਬਹੁਤ ਵੱਡੇ ਲੀਡਰ ਨੇ ਜਲਦੀ ਦਾ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੋਈ ਮੈਟਰ ਨਹੀਂ ਕਰਦਾ ਸਾਡੀ ਪਾਰਟੀ ਹੈ ਲੋਕਤੰਤਰੀ ਜਿਸ ਤਰ੍ਹਾਂ ਲੋਕ ਸਾਨੂੰ ਕਹਿੰਦੇ ਨੇ ਜਿਸ ਤਰ੍ਹਾਂ ਦੇ ਲੋਕਾਂ ਦੇ ਸੁਝਾਅ ਹੁੰਦੇ ਨੇ ਸਾਡੀ ਪਾਰਟੀ ਉਸੇ ਤਰ੍ਹਾਂ ਚੱਲਦੀ ਹੈ ਬਿਲਕੁਲ ਇਹ ਸਨ ਨਿਰਿੰਦਰਪਾਤ ਸਾਹਮਣਾ ਜੀ ਜੋ ਕਿ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਕੈਂਪੇਨਿੰਗ ਜਿਹੜੀ ਆ ਚੋਣ ਹਦਾਇਤਾਂ ਦੇ ਅਨੁਸਾਰ ਡੋਰ ਟੂ ਡੋਰ ਕੈਂਪੇਨਿੰਗ ਕਰ ਰਹੇ ਨੇ ਫਿਲਹਾਲ ਅਸੀਂ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਜਿਹੜੇ આરોਪ ਪਰਤ੍ਰੋਪ ਆ ਉਹਨਾਂ ਤੇ ਸਵਾਲ ਕੁਐਸਚਨ ਕੀਤੇ ਤਾਂ ਜਿੰਦਾ ਬੇਬਾਕੀ ਦੇ ਨਾਲ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਵੀਡੀਓ ਜਨਰਲ ਸਮਾਚਾਰ ਚੁੱਕ ਦੇ ਨਾਲ ਅਰਵਿੰਦਰ ਤਨੇਜਾ ਲਿਵਿੰਗ ਇੰਡੀਆ ਨਿਊਜ਼